ਇਹ ਅਜੀਬੋ ਗਰੀਬ ਆ ਅੱਜ ਮੇਰੀ ਇਹ ਵੈਡਿੰਗ ਐਨਿਵਰਸਰੀ ਵੀ ਆ ਓਕੇ ਮੇਰੀ ਤੇ ਮੇਰੀ ਵਾਈਫ ਦੀ ਔਰ ਇਸ ਦਿਨ ਨੂੰ ਬਹੁਤ ਮਿਹਰਬਾਨੀ ਇਸ ਦਿਨ ਨੂੰ 4 ਨਵੰਬਰ ਨੂੰ ਔਰ ਇਸ ਦਿਨ ਨੂੰ ਪਾਰਟੀ ਜਿਹੜੀ ਆ ਜਾਂ ਇਹਦੀ ਔਨ ਦੀ ਈਵ ਆਫ ਦਿਸ 3 ਨਵੰਬਰ ਨੂੰ ਮੈਨੂੰ ਪਾਰਟੀ ਸਸਪੈਂਡ ਕਰਤੀ ਮੈਨੂੰ ਕਾਫੀ ਹੈਰਾਨਗੀ ਹੋਈ ਔਰ ਸਸਪੈਂਡ ਕਰਨ ਤੋਂ ਪਹਿਲਾਂ ਕੋਈ ਸਲਾਹ ਮਸ਼ਵਰਾ ਨਹੀਂ ਹੋਇਆ ਕੋਈ ਸਾਨੂੰ ਕੋਈ ਜਵਾਬਦੇਹੀ ਨਹੀਂ ਹੋਈ ਹੋਰ ਤੇ ਹੋਰ ਪਿਛਲੇ ਹਫਤੇ ਤੇ ਅਸੀਂ ਇੱਕ ਪਹਿਲੀ ਜੁਆਇੰਟ ਮੀਟਿੰਗ ਕਰਕੇ ਹਟੇ ਹਾਂ ਦੂਜਾ ਗਰੁੱਪ ਔਰ ਸਾਡੇ ਗਰੁੱਪ ਦੇ ਵਿੱਚ ਵੀ ਆਪਾਂ ਏਕਤਾ ਕਿਵੇਂ ਇਕੱਠੀ ਹੋ ਸਕਦੀ ਆਪਣੀ ਇੱਕ ਪਾਰਟੀ ਦੇ ਕਿਵੇਂ ਇਕੱਠੀ ਹੋ ਸਕਦੀ ਉਹ ਯਤਨ ਹਾਲੇ ਵੀ ਜਾਰੀ ਆ ਮੇਰੀ 3 ਦਿਨ ਪਹਿਲਾਂ ਹੀ ਜਿਹੜੇ ਦੂਜੇ ਗਰੁੱਪ ਦੇ ਜਿਹੜੇ ਨੇਤਾ ਨੇ ਇਸ ਕਮੇਟੀ ਦੇ ਹੈੱਡ ਆ ਬੀਬੀ ਸਰਬਜੀਤ ਕੌਰ ਮਾਨੂ ਕੇ ਉਹਨਾਂ ਨੇ ਮੇਰੀ ਗੱਲ ਵੀ ਹੋਈ ਆ ਉਹਨੇ ਕਿਹਾ ਵੀ ਆਪਾਂ ਦੁਬਾਰਾ ਵੀ ਮਿਲਣਾ ਵਾ ਸੋ ਇੱਕ ਪਾਸੇ ਤਾਂ ਇਹ ਗੱਲ ਹੋ ਰਹੀ ਔਰ ਦੂਜੇ ਪਾਸੇ ਸਡਨਲੀ ਇਹ ਫੈਸਲਾ ਕਰ ਲਿੱਤਾ ਜਾਂਦਾ ਕਰ ਲਿਆ ਜਾਂਦਾ ਵੀ 2 ਬੰਦਿਆਂ ਨੂੰ ਸੁਖਪਾਲ ਸਿੰਘ ਖਹਿਰਾ ਔਰ ਮੈਨੂੰ ਸਸਪੈਂਡ ਕਰਨਾ ਸੋ ਮੇਰੇ ਟਾਈਮਿੰਗ ਮੈਂ ਬੜਾ ਹੈਰਾਨ ਆ ਔਰ ਮੈਨੂੰ ਇਹ ਵੀ ਹੈਰਾਨਗੀ ਆ ਵੀ ਇਸ ਤਰ੍ਹਾਂ ਕਿਸੇ ਨੂੰ ਸਸਪੈਂਡ ਕਰਨਾ ਕੀ ਸਹੀ ਮੈਨੂੰ ਪਤਾ ਨਹੀਂ ਡਿਟੇਲਸ ਇਹਦੀਆਂ ਮੈਂ ਤਾਂ ਜੋ ਅੱਜ ਮੀਡੀਆ 'ਚੋਂ ਹੀ ਪੜ੍ਹਿਆ ਵਾ ਉਹਦੇ ਸ਼ਾਇਦ ਜ਼ਿਕਰ ਨਹੀਂ ਸੀਗਾ ਵੀ ਇਹ ਦਿੱਲੀ ਤੋਂ ਇਹਦਾ ਪ੍ਰੈਸ ਨੋਟ ਜਾਰੀ ਹੋਇਆ ਚੰਡੀਗੜ੍ਹ ਤੋਂ ਹੋਇਆ ਜਾਂ ਪੰਜਾਬ ਤੋਂ ਹੋਇਆ ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗਾ ਮੈਂ ਆਪਣੇ ਪੰਜਾਬ ਦੇ ਸਾਥੀਆਂ ਨੂੰ ਜਿਹੜੇ ਮੇਰੇ ਨਾਲ ਗੱਲਬਾਤ ਕਰ ਰਹੇ ਆ ਏਕਤਾ ਦੀ ਗੱਲਬਾਤ ਕਰ ਰਹੇ ਆ ਔਰ ਜਿਹੜੇ ਜਦੋਂ ਸਾਡੀ ਏਕਤਾ ਦੀ ਗੱਲਬਾਤ ਹੁੰਦੀ ਹੈ ਸਾਡੇ ਨਾਲ ਉਹ ਸਹਿਮਤ ਨੇ ਕਿ ਆਪਾਂ ਨੂੰ ਵਾਕਈ ਖੁਦਮੁਖਤਿਆਰੀ ਚਾਹੀਦੀ ਆ ਪੰਜਾਬ ਨੂੰ ਆਪਣੇ ਫੈਸਲੇ ਆਪ ਲੈਣੇ ਚਾਹੀਦੇ ਆ ਔਰ ਉਹ ਸਾਨੂੰ ਤਾਂ ਉਹ ਵੀ ਕਹਿੰਦੇ ਆ ਕਿ ਸਾਨੂੰ ਕਾਫੀ ਹੱਦ ਤੱਕ ਖੁਦਮੁਖਤਿਆਰੀ ਮਿਲੀ ਆ ਔਰ ਉਹ ਵੀ ਮੰਨਦੇ ਆ ਵੀ ਆਪਣਾ ਢਾਂਚਾ ਸਹੀ ਬਣਿਆ ਨਹੀਂ ਔਰ ਢਾਂਚਾ ਬਣਾਉਣ ਦੀ ਲੋੜ ਆ ਸੋ ਇੱਕ ਪਾਸੇ ਉਹ ਸਹਿਮਤੀ ਪ੍ਰਗਟ ਕਰਦੇ ਔਰ ਦੂਜੇ ਪਾਸੇ ਸਾਨੂੰ ਸਸਪੈਂਡ ਕੀਤਾ ਜਾਂਦਾ ਸੋ ਕੀ ਇਹ ਉਹਨਾਂ ਨੇ ਸਿਫਾਰਿਸ਼ ਕੀਤੀ ਆ ਜਾਂ ਉਹਨਾਂ ਨੂੰ ਬਿਨਾਂ ਪੁੱਛੇ ਹੀ ਇਹ ਸਸਪੈਂਸ਼ਨ ਸਾਨੂੰ ਕੀਤੀ ਗਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਦੀ ਤੁਹਾਡੇ ਆਪਸੀ ਸਮਝੌਤੇ ਤੋਂ ਉਹ ਕੀ ਤੁਹਾਨੂੰ ਕਿੱਥੇ ਹੱਥ ਤੱਕ ਲੱਗਦਾ ਵੀ ਟੁੱਟ ਗਿਆ ਹੁਣ ਅੱਜ ਲੋਕਾਂ ਦੀ ਵੀ ਆਸ ਇੱਕ ਟੁੱਟ ਗਈ ਆ ਜਿਹੜੀ ਮੈਨੂੰ ਬਹੁਤ ਅਫਸੋਸ ਹੋਊਗਾ ਜੇ ਇਹ ਜਿਹੜੇ ਸਾਡੇ ਐਫਰਟਸ ਆ ਇਹ ਟੁੱਟ ਜਾਣ ਕਿਉਂਕਿ ਮੈਂ ਦੱਸਿਆ ਵੀ 3 ਦਿਨ ਪਹਿਲਾਂ ਉਹਨਾਂ ਨੇ ਕਿਹਾ ਜੀ ਆਪਾਂ ਦੁਬਾਰਾ ਮੀਟਿੰਗ ਕਰਨੀ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ 1 ਤਰੀਕ ਦਿੱਤੀ ਸੀਗੀ ਵੀ ਆਪਾਂ ਅਗਲਾ ਢਾਂਚਾ ਨਹੀਂ ਬਣਾਉਣਾ ਹੁਣ 8 ਤਰੀਕ ਦਿੱਤੀ ਹੈ ਸੋ ਸਾਡੇ ਤੇ ਕੱਲ੍ਹ ਸ਼ਾਮ ਤੱਕ ਯਤਨ ਜਾਰੀ ਸੀ ਔਰ ਅਸੀਂ ਹੁਣ ਕੱਲ੍ਹ ਸਾਡੀ ਕੋਸ਼ਿਸ਼ ਆ ਕਿ ਜਿਹੜੀ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਆ PAC ਉਹਦੀ ਮੀਟਿੰਗ ਕਰਕੇ ਫੈਸਲਾ ਲਵਾਂਗੇ ਵੀ ਆਪਾਂ ਕੀ ਕਰਨਾ ਵਾ ਪੰਜਾਬ ਦੇ ਵਿੱਚ ਬਾਹਰਲੀ ਤਾਕਤਾਂ ਜਿਹੜੀਆਂ ਮਾਹੌਲ ਤੁਹਾਨੂੰ ਲੱਗਦਾ 2019 ਨੂੰ ਲੈ ਕੇ ਬਿਆਨ ਕੀਤਾ ਗਿਆ ਸਾਰਾ ਤੁਹਾਡੀ ਪ੍ਰਤੀਕਿਰਿਆ ਕੀ ਇਸ ਤੇ ਦੇਖੋ ਆਰਮੀ ਚੀਫ ਨੇ ਬਿਆਨ ਦਿੱਤਾ ਵਾ ਆਰਮੀ ਚੀਫ ਇੱਕ ਅਹੁਦੇ ਦੇ ਨੇ ਉਸ ਅਹੁਦੇ ਤੇ ਉਹਨਾਂ ਨੂੰ ਕਾਫੀ ਇਹੋ ਜਿਹੀ ਇਨਫੋਰਮੇਸ਼ਨ ਦੀ ਜਾਣਕਾਰੀ ਹੈ ਜਿਹੜੀ ਸਾਡੇ ਕੋਲ ਉਹੋ ਜਿਹੀ ਜਾਣਕਾਰੀ ਨਹੀਂ ਸੋ ਜੇ ਉਹਨਾਂ ਨੇ ਅਹੁਦਾ ਦਿੱਤਾ ਵਾ ਤੇ ਜ਼ਰੂਰ ਉਹਦੇ 'ਚ ਕੋਈ ਨਾ ਕੋਈ ਤੱਥ ਜ਼ਰੂਰ ਹੋਊਗਾ ਸਰ ਬਰਗਾੜੀ ਜਿਵੇਂ ਇਕੱਠ ਹੋਇਆ ਤੇ ਉਸਨੂੰ ਲੈ ਕੇ ਕਿਤੇ ਨਾ ਕਿਤੇ ਸਾਰੀ ਸਾਜ਼ਿਸ਼ ਨਾਲ ਨਹੀਂ ਇਹ ਮੇਰੇ ਖਿਆਲ ਇਹੋ ਜਿਹੀ ਗੱਲ ਤਾਂ ਆਰਮੀ ਚੀਫ ਨੇ ਨਹੀਂ ਕੀਤੀ ਉਹਨਾਂ ਤੇ ਇੱਕ ਜਨਰਲ ਗੱਲ ਕੀਤੀ ਆ ਬਰਗਾੜੀ ਦੇ ਵਿੱਚ ਜੋ ਹੋਇਆ ਆਪਾਂ ਦੇਖ ਹੀ ਰਹੇ ਹਾਂ ਕਿ ਉਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹਦਾ ਵਾਕਿਆ ਹੋਇਆ ਉਹਨੂੰ ਲੈ ਕੇ ਉੱਥੇ ਇਕੱਠ ਹੋਇਆ ਵਾ ਇਕੱਠ ਰੋਜ਼ ਹੁੰਦਾ ਵਾ ਉੱਥੇ ਔਰ ਲੋਕਾਂ ਦੇ ਵਿੱਚ ਕਾਫੀ ਰੋਸ ਆ ਸਰ ਸੋ ਉਹਦੇ ਵਾਸਤੇ ਅਸੀਂ ਵਿਧਾਨ ਸਭਾ ਦੀ ਬੜੀ ਲੰਬੀ ਚੌੜੀ ਡਿਸਕਸ਼ਨ ਕੀਤੀ ਸੀ ਵੀ ਆਪਾਂ ਜੋ ਵੀ ਉਹਦੇ ਲਈ ਗੁਨਾਹਗਾਰ ਆ ਜ਼ਿੰਮੇਵਾਰ ਆ ਉਹਨਾਂ ਤੇ ਸਰਕਾਰ ਵੱਲੋਂ ਕੋਈ ਸਟੈਪ ਨਹੀਂ ਇੰਨੇ ਦਿਨ ਹੋ ਗਏ ਬਰਗਾੜੀ ਬੈਠਿਆਂ ਨੂੰ ਉਹਨਾਂ ਨੂੰ ਉਹ ਬੜੀ ਅਫਸੋਸ ਦੀ ਗੱਲ ਹੈ ਜੀ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ 2-4 ਦਿਨ ਦੇ ਵਿੱਚ ਹੀ ਕਾਰਵਾਈ ਸ਼ੁਰੂ ਹੋ ਜੂ ਫਿਰ ਸਾਨੂੰ ਲੱਗਾ ਹਫ਼ਤੇ 'ਚ ਕਾਰਵਾਈ ਸ਼ੁਰੂ ਹੋ ਜੂ ਤੁਹਾਡੇ ਟੱਚ ਦੇ ਔਰ ਉਹਦੇ 'ਚ ਹੋਇਆ ਕੀ ਉਹ ਫਿਰ ਲਗਾਤਾਰ 15-20 ਦਿਨ 3 ਹਫ਼ਤੇ ਹੀ ਬੀਤ ਗਏ ਔਰ ਫਿਰ ਇੱਕ ਇੱਕ ਕਰਕੇ ਅਫਸਰ ਜਿਹੜੇ ਆ ਉਹ ਕੋਰਟਸ ਦੇ ਵਿੱਚ ਜਾਣ ਲੱਗ ਪਏ ਹੁਣ ਵੀ ਮੇਰਾ ਖਿਆਲ ਆ ਕੋਰਟ ਦੀ ਜਿਹੜੀ ਕਾਰਵਾਈ ਆ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਵੀ ਉਹਦੇ 'ਚ ਕੀ ਗੁੰਜਾਇਸ਼ ਕੋਈ ਹੈ ਵੀ ਕਾਰਵਾਈ ਦੇ ਬਾਵਜੂਦ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕਦਾ ਵਾ ਜੇ ਨਹੀਂ ਲਿਆ ਜਾ ਸਕਦਾ ਕੋਰਟ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਕੀ ਕੋਰਟ ਦੇ ਵਿੱਚ ਸਟੇਟਮੈਂਟਸ ਦਿੱਤੀਆਂ ਵਾ ਵੀ ਅਸੀਂ ਕਾਰਵਾਈ ਸਾਨੂੰ ਕਰਨ ਦਿਓ ਤਾਂ ਕਿ ਲੋਕਾਂ ਨੂੰ ਇਨਸਾਫ ਮਿਲੇ ਲੋਕੀ ਇਨਸਾਫ ਦੀ ਮੰਗ ਕਰ ਰਹੇ ਇਸਤੀਫਾ ਦੇਣਗੇ ਜੀ ਆਮ ਆਦਮੀ ਪਾਰਟੀ ਦਾ ਇਹ ਤੇ ਹੁਣ ਕੱਲ੍ਹ ਪਤਾ ਲੱਗੂਗਾ ਨਾ ਜੀ ਮੈਂ ਤਾਂ ਇੱਥੇ ਨਾਭੇ ਆਇਆ ਵਾਂ ਮੇਰਾ ਮੈਂ ਫੋਨ 'ਤੇ ਗੱਲ ਹੋਈ ਆ ਸਾਰਿਆਂ ਨੇ ਕਿਹਾ ਵੀ ਆਪਾਂ ਹੁਣ ਕੀ ਕਰਨਾ ਅਸੀਂ ਕਿ ਆਪਾਂ ਕਿਹਾ ਵੀ ਆਪਾਂ ਕੱਲ੍ਹ ਮੀਟਿੰਗ ਕਰਾਂਗੇ ਨਹੀਂ ਸਰ ਜੇ ਸਰਬਤ ਖਾਲਸਾ ਜਾਂ ਮੀਟਿੰਗ ਜਿਹੜੀ ਆ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਡਿਪੈਂਡਿੰਗ ਕਿ ਬਾਕੀ ਸਾਰਿਆਂ ਦੀ ਰਜ਼ਾਮੰਦੀ ਹੋਊਗੀ ਔਰ ਬਾਕੀਆਂ ਦੀ ਅਵੇਲੇਬਿਲਿਟੀ ਕਿੰਨੇ ਵਿਧਾਇਕ ਨੇ ਸਰ ਜੀ ਸਾਰੇ ਜੀ 8 ਅਸੀਂ ਟੋਟਲ 8 MLAs ਆ ਔਰ ਇਸ ਤੋਂ ਇਲਾਵਾ ਕਰੀਬ 3-4 ਜਿਹੜੇ ਸਾਡੇ ਇਸ ਵੇਲੇ ਦੂਜੇ ਗਰੁੱਪ ਨਾਲ ਮੰਨੇ ਜਾਂਦੇ ਆ ਉਹ ਵੀ ਸਾਡੇ ਨਾਲ ਸੰਪਰਕ ਸੀ ਸਰ ਖਹਿਰਾ ਸਾਹਿਬ ਨੇ ਕਿਹਾ ਕਿ ਮੈਂ ਇਲੈਕਸ਼ਨ ਲੜੂੰਗਾ ਔਰ ਇਹੋ ਹੀ ਨਹੀਂ ਸਾਡੇ PAC ਦੀ ਜਿਹੜੇ ਮੈਂਬਰ ਆ ਅਸੀਂ ਸਾਰਿਆਂ ਨਾਲ ਕਰੀਬ ਕੱਲ੍ਹ ਔਰ ਸ਼ਾਮ ਅੱਜ ਸਵੇਰੇ ਗੱਲ ਕੀਤੀ ਆ ਸਰ ਖਹਿਰਾ ਨੇ ਕਿਹਾ ਔਰ ਮੇਰਾ ਖਿਆਲ ਆ ਵੀ ਕੱਲ੍ਹ ਮੀਟਿੰਗ ਜਿਹੜੀ ਆ ਉਹ ਜ਼ਰੂਰ ਹੋਊਗੀ ਹੱਦ ਤੱਕ ਖੁਦਮੁਖਤਿਆਰੀ ਮਿਲੀ ਆ ਔਰ ਉਹ ਵੀ ਮੰਨਦੇ ਆ ਵੀ ਆਪਣਾ ਢਾਂਚਾ ਸਹੀ ਬਣਿਆ ਨਹੀਂ ਔਰ ਢਾਂਚਾ ਬਣਾਉਣ ਦੀ ਲੋੜ ਆ ਸੋ ਇੱਕ ਪਾਸੇ ਉਹ ਸਹਿਮਤੀ ਪ੍ਰਗਟ ਕਰਦੇ ਔਰ ਦੂਜੇ ਪਾਸੇ ਸਾਨੂੰ ਸਸਪੈਂਡ ਕੀਤਾ ਜਾਂਦਾ ਸੋ ਕੀ ਇਹ ਉਹਨਾਂ ਨੇ ਸਿਫਾਰਿਸ਼ ਕੀਤੀ ਆ ਜਾਂ ਉਹਨਾਂ ਨੂੰ ਬਿਨਾਂ ਪੁੱਛੇ ਹੀ ਇਹ ਸਸਪੈਂਸ਼ਨ ਸਾਨੂੰ ਕੀਤੀ ਗਈ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਆਸ ਦੀ ਕਿਰਨ ਜਾਗੀ ਦੀ ਤੁਹਾਡੇ ਆਪਸੀ ਸਮਝੌਤੇ ਤੋਂ
ਉਹ ਕੀ ਤੁਹਾਨੂੰ ਕਿੱਥੇ ਹੱਥ ਤੱਕ ਲੱਗਦਾ ਵੀ ਟੁੱਟ ਗਿਆ ਹੁਣ ਅੱਜ ਲੋਕਾਂ ਦੀ ਵੀ ਆਸ ਇੱਕ ਟੁੱਟ ਗਈ ਆ ਜਿਹੜੀ ਮੈਨੂੰ ਬਹੁਤ ਅਫਸੋਸ ਹੋਊਗਾ ਜੇ ਇਹ ਜਿਹੜੇ ਸਾਡੇ ਐਫਰਟਸ ਆ ਇਹ ਟੁੱਟ ਜਾਣ ਕਿਉਂਕਿ ਮੈਂ ਦੱਸਿਆ ਵੀ ਤਿੰਨ ਦਿਨ ਪਹਿਲਾਂ ਉਹਨਾਂ ਨੇ ਕਿਹਾ ਜੀ ਆਪਾਂ ਦੁਬਾਰਾ ਮੀਟਿੰਗ ਕਰਨੀ ਆ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਇੱਕ ਤਰੀਕ ਦਿੱਤੀ ਸੀਗੀ ਅਤੇ ਆਪਾਂ ਅਗਲਾ ਢਾਂਚਾ ਨਹੀਂ ਬਣਾਉਣਾ ਹੁਣ 8 ਤਰੀਕ ਦਿੱਤੀ ਹੈ ਸੋ ਸਾਡੇ ਤਾਂ ਕੱਲ੍ਹ ਸ਼ਾਮ ਤੱਕ ਯਤਨ ਜਾਰੀ ਸੀ ਔਰ ਅਸੀਂ ਹੁਣ ਕੱਲ੍ਹ ਸਾਡੀ ਕੋਸ਼ਿਸ਼ ਆ ਕਿ ਜਿਹੜੀ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਆ PAC ਉਹਦੀ ਮੀਟਿੰਗ ਕਰਕੇ ਫੈਸਲਾ ਲਵਾਂਗੇ ਵੀ ਆਪਾਂ ਕੀ ਕਰਨਾ ਵਾ ਪੰਜਾਬ ਦੇ ਵਿੱਚ ਬਾਹਰਲੀ ਤਾਕਤਾਂ ਜਿਹੜੀਆਂ ਮਾਹੌਲ ਤੁਹਾਨੂੰ ਲੱਗਦਾ 2019 ਨੂੰ ਲੈ ਕੇ ਬਿਆਨ ਕੀਤਾ ਗਿਆ ਸਾਰਾ ਤੁਹਾਡੀ ਪ੍ਰਤੀਕਿਰਿਆ ਕੀ ਇਸ ਤੇ ਦੇਖੋ ਆਰਮੀ ਚੀਫ ਨੇ ਬਿਆਨ ਦਿੱਤਾ ਵਾ ਆਰਮੀ ਚੀਫ ਇੱਕ ਅਹੁਦੇ ਦੇ ਨੇ ਉਸ ਅਹੁਦੇ ਤੇ ਉਹਨਾਂ ਨੂੰ ਕਾਫੀ ਇਹੋ ਜਿਹੀ ਇਨਫੋਰਮੇਸ਼ਨ ਦੀ ਜਾਣਕਾਰੀ ਹੈ ਜਿਹੜੀ ਸਾਡੇ ਕੋਲ ਉਹੋ ਜਿਹੀ ਜਾਣਕਾਰੀ ਨਹੀਂ ਹੈ ਸੋ ਜੇ ਉਹਨਾਂ ਨੇ ਅਹੁਦਾ ਦਿੱਤਾ ਵਾ ਤੇ ਜ਼ਰੂਰ ਉਹਦੇ 'ਚ ਕੋਈ ਨਾ ਕੋਈ ਤੱਥ ਜ਼ਰੂਰ ਹੋਊਗਾ ਸਰ ਬਰਗਾੜੀ ਜਿਵੇਂ ਇਕੱਠ ਹੋਇਆ ਤੇ ਉਸਨੂੰ ਲੈ ਕੇ ਕਿਤੇ ਨਾ ਕਿਤੇ ਸਾਰੀ ਸਾਜਿਸ਼ ਨਾਲ ਨਹੀਂ ਇਹ ਮੇਰੇ ਖਿਆਲ ਇਹੋ ਜਿਹੀ ਗੱਲ ਤਾਂ ਆਰਮੀ ਚੀਫ ਨੇ ਨਹੀਂ ਕੀਤੀ ਉਹਨਾਂ ਤੇ ਇੱਕ ਜਨਰਲ ਗੱਲ ਕੀਤੀ ਆ ਬਰਗਾੜੀ ਦੇ ਵਿੱਚ ਜੋ ਹੋਇਆ ਆਪਾਂ ਵੇਖ ਹੀ ਰਹੇ ਹਾਂ ਕਿ ਉਹ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਾਕਿਆ ਹੋਇਆ ਉਹਨੂੰ ਲੈ ਕੇ ਉੱਥੇ ਇਕੱਠ ਹੋਇਆ ਵਾ ਇਕੱਠ ਰੋਜ਼ ਹੁੰਦਾ ਵਾ ਉੱਥੇ ਔਰ ਲੋਕਾਂ ਦੇ ਵਿੱਚ ਕਾਫੀ ਰੋਸ ਆ ਸਰ ਸੋ ਉਹਦੇ ਵਾਸਤੇ ਅਸੀਂ ਵਿਧਾਨ ਸਭਾ ਦੀ ਬੜੀ ਲੰਬੀ ਚੌੜੀ ਡਿਸਕਸ਼ਨ ਕੀਤੀ ਸੀ ਵੀ ਆਪਾਂ ਜੋ ਵੀ ਉਹਦੇ ਲਈ ਗੁਨਾਹਗਾਰ ਆ ਜ਼ਿੰਮੇਵਾਰ ਆ ਉਹਨਾਂ ਤੇ ਸਰਕਾਰ ਵੱਲੋਂ ਕੋਈ ਸਟੈਪ ਨਹੀਂ ਇੰਨੇ ਦਿਨ ਹੋ ਗਏ ਬਰਗਾੜੀ ਬੈਠਿਆਂ ਨੂੰ ਉਹਨਾਂ ਨੂੰ ਉਹ ਬੜੀ ਅਫਸੋਸ ਦੀ ਗੱਲ ਹੈ ਜੀ ਕਿਉਂਕਿ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਸਾਨੂੰ ਲੱਗਦਾ ਸੀ ਵੀ 2-4 ਦਿਨ ਦੇ ਵਿੱਚ ਹੀ ਕਾਰਵਾਈ ਸ਼ੁਰੂ ਹੋ ਜੂ ਫਿਰ ਸਾਨੂੰ ਲੱਗਾ ਹਫ਼ਤੇ 'ਚ ਕਾਰਵਾਈ ਸ਼ੁਰੂ ਹੋ ਔਰ ਉਹਦੇ 'ਚ ਹੋਇਆ ਕਿ ਉਹ ਫਿਰ ਲਗਾਤਾਰ 15-20 ਦਿਨ 3 ਹਫ਼ਤੇ ਹੀ ਬੀਤ ਗਏ ਔਰ ਫਿਰ ਇੱਕ ਇੱਕ ਕਰਕੇ ਅਫਸਰ ਜਿਹੜੇ ਆ ਉਹ ਕੋਰਟਸ ਦੇ ਵਿੱਚ ਜਾਣ ਲੱਗ ਪਏ ਹੁਣ ਵੀ ਮੇਰਾ ਖਿਆਲ ਆ ਕੋਰਟ ਦੀ ਜਿਹੜੀ ਕਾਰਵਾਈ ਆ ਉਹਨੂੰ ਚੰਗੀ ਤਰ੍ਹਾਂ ਸਮਝ ਕੇ ਵੀ ਉਹਦੇ 'ਚ ਕੀ ਗੁੰਜਾਇਸ਼ ਕੋਈ ਹੈ ਵੀ ਕਾਰਵਾਈ ਦੇ ਬਾਵਜੂਦ ਵੀ ਕੋਈ ਨਾ ਕੋਈ ਐਕਸ਼ਨ ਲਿਆ ਜਾ ਸਕਦਾ ਵਾ ਜੇ ਨਹੀਂ ਲਿਆ ਜਾ ਸਕਦਾ ਕੋਰਟ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਪੰਜਾਬ ਸਰਕਾਰ ਨੂੰ ਵੀ ਉਹਨਾਂ ਨੇ ਕੀ ਕੋਰਟ ਦੇ ਵਿੱਚ ਸਟੇਟਮੈਂਟਸ ਦਿੱਤੀਆਂ ਵਾ ਵੀ ਅਸੀਂ ਕਾਰਵਾਈ ਸਾਨੂੰ ਕਰਨ ਦਿਓ ਤਾਂ ਕਿ ਲੋਕਾਂ ਨੂੰ ਇਨਸਾਫ਼ ਮਿਲੇ ਲੋਕੀ ਇਨਸਾਫ਼ ਦੀ ਮੰਗ ਕਰ ਰਹੇ ਇਹ ਤੇ ਹੁਣ ਕੱਲ੍ਹ ਪਤਾ ਲੱਗੂਗਾ ਨਾ ਜੀ ਮੈਂ ਤਾਂ ਇੱਥੇ ਨਾਭੇ ਆਇਆ ਵਾਂ ਜਿਹੜਾ ਮੈਂ ਫੋਨ 'ਤੇ ਹੀ ਗੱਲ ਹੋਈ ਆ ਸਾਰਿਆਂ ਨੇ ਕਿਹਾ ਵੀ ਆਪਾਂ ਹੁਣ ਕੀ ਕਰਨਾ ਅਸੀਂ ਕਿਹਾ ਆਪਾਂ ਕਿਹਾ ਵੀ ਆਪਾਂ ਕੱਲ੍ਹ ਮੀਟਿੰਗ ਕਰਾਂਗੇ